तीन लड़कियां दे वलों एक लड़की दे नाल छेड़छाड़ की गई ते जदों लड़की दे वलों मना किया गया तो उसके उत्ते तेज तार हथियारां दे नाल हमला कर दिता ते लड़की नूं बुरे तरीके नाल जख्मी कर दिता। मामला लुधियाणा तो सामने आया जिथे कि अमरपुरा इलाके दे विच उस वक्त दहशत का माहौल हो गया जदों मोहल्ले विच रहिंदे तीन नौजवानों के वलों एक लड़की के उपर तेज तार हथियारां दे नाल हमला कर दिता। परिवार ने गलबात करते हुए दसिया कि जिन्होंने हमला किया उन्हां विचों एक नौजवान ने लड़की नूं कुछ दिन पहला कहा कि वह उस दे नाल गल करे, जदों उस लड़की ने मना कर दिता तां उन्हां नौजवानों के वलों धमकी भी दी गई ते अज उस लड़की के उपर हमला कर दिता, जिस तों बाद लड़की गंभीर जख्मी हो जाती है ते उसनूं हस्पताल दे विच इलाज के लिए दाखिल करवाया गया। तो दूजे पासे परिवारक मैंबरां दे वलों हुण इस दी शिकायत पुलिस नूं भी दी गई है। पुलिस मौके दे उत्ते पहुंची है ते जांच की जा रही है। ਮੇਰਾ ਵੀ ਜੇ ਕੁਮਾਰ ਹੈ ਕੁੜੀ ਨੇ ਕੀ ਗੱਲਬਾਤ ਹੋਈ ਕੁੜੀ ਤੇ ਸੱਟਾਂ ਮਾਰੀਆਂ ਜੀ ਮੁੰਡੇ ਦੇ ਕਾਫੀ ਜ਼ਖਮੀ ਕੀਤਾ ਪਿਆ ਸਿਰ ਪਾੜਿਆ ਪਿਆ ਸਾਰਾ ਗਲਾ ਚੀਰਿਆ ਪਿਆ ਪਤਾ ਨਹੀਂ ਛੁਰੀਆਂ ਮਾਰੀਆਂ ਪਤਾ ਨਹੀਂ ਰਾੜ ਮਾਰਿਆ ਇਹ ਪਤਾ ਨਹੀਂ ਚੱਲ ਰ
ਜੀ ਕੁੜੀ ਦੀ ਉਮਰ ਕਿੰਨੀ ਕੁੜੀ 17 ਸਾਲ ਦੀ ਉਮਰ ਹੈ ਜਿਹਨਾਂ ਨੇ ਮਾਰਿਆ ਉਹ ਕਿੰਨੀ ਉਮਰ ਦੇ ਉਹਦਾ 18 19 19 20 20 ਸਾਲ ਦੇ ਮੁੰਡੇ ਨੇ ਉਹ ਸਰ ਸਕੂਲ ਕੱਟੇ ਪੜਦੇ ਨਾਲ ਨਹੀਂ ਨਹੀਂ ਕੁਝ ਨਹੀਂ ਪੜਦੇ ਕੁੜੀ ਤੇ 3 ਸਾਲਾਂ ਬਾਅਦ ਆਈ ਉਹਦਾ ਦਾਦਾ ਬਿਮਾਰ ਹੈ ਉਹ ਵੀ ਸੀਐਮਸੀ 'ਚ ਦਾਖਲ ਹੈ 3 ਸਾਲਾਂ ਬਾਅਦ ਆਈ ਹੈ ਕੁੜੀ ਇੱਥੇ ਕਸ਼ਮੀਰ 'ਚ ਅਸੀਂ ਰਹਿੰਦੇ ਹਾਂ ਜੀ 3 ਸਾਲਾਂ ਬਾਅਦ 10 ਦਿਨ ਹੀ ਹੋਇਆ ਇਹਨੂੰ ਕੁੜੀ ਨੂੰ ਇੱਥੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਾਨੂੰ ਤਾਂ ਇਨਸਾਫ ਚਾਹੀਦਾ ਜੀ ਹਾਂਜੀ ਬਸ ਸਾਨੂੰ ਇਨਸਾਫ ਚਾਹੀਦਾ ਕੋਈ ਤੇਜ਼ਦਾਰ ਤੇ ਆਰਸੀ ਕਿਉਂ ਨਾ ਕਰੋ ਮੈਂ ਪਤਾ ਨਹੀਂ ਰਾੜ ਮਾਰੀ ਹੈ ਜੀ ਛੁਰੀਆਂ ਮਾਰੀਆਂ ਹੋਈਆਂ ਕਹਿੰਦੇ ਪਏ ਹਾਂਜੀ ਹਾਂਜੀ ਸੀਐਮਸੀ ਵਾਲੇ ਕਹਿੰਦੇ ਛੁਰੀਆਂ ਜੀ ਮਾਰੀਆਂ ਹੋਈਆਂ ਜੀ ਕੁੜੀ ਠੀਕ ਹੈ ਨਹੀਂ ਜੀ ਅਲੀ ਐਮਰਜੈਂਸੀ 'ਚ ਹਾਂਜੀ ਇੱਕ ਲੜਕੀ ਹੈ ਇੱਥੇ ਦੀ ਉਹਦੇ ਸਿਰ 'ਚ ਕਿਸੇ ਨੇ ਮਤਲਬ ਸੱਟ ਮਾਰੀ ਹੋਈ ਹੈ ਸੋ ਵੀ ਆਰ ਵੈਰੀਫਾਈਂਗ ਉਹ ਹਸਪੀਟਲ 'ਚ ਹੈ ਹਲੇ ਤਾਂ ਇਹਨਾਂ ਨੂੰ ਪੇਰੈਂਟਸ ਨੂੰ ਇਹੀ ਨਹੀਂ ਪਤਾ ਕਿ ਲੜਕੀ ਘਰੋਂ ਕਦੋਂ ਗਈ ਹੈ ਅਤੇ ਇੰਸੀਡੈਂਟ ਹੋਇਆ ਕਿੱਥੇ ਹੈ ਉਹ ਘਰੇ ਵਾਪਸ ਆ ਗਈ ਆਪਣੇ ਕਿਸੇ ਰਿਸ਼ਤੇਦਾਰ ਦੇ ਘਰੇ ਅਤੇ ਉਹਦੇ ਸਿਰ 'ਤੇ ਸੱਟ ਲੱਗੀ ਹੋਈ ਸੀ ਸੋ ਵੀ ਉਹਦਾ ਟ੍ਰੀਟਮੈਂਟ ਚੱਲ ਰਿਹਾ ਉੱਥੇ ਸੀਐਮਸੀ 'ਚ ਸੋ ਵੀ ਆਰ ਵੈਰੀਫਾਈਂਗ ਆ ਤਾਂ ਹੀ ਉਹ ਕੈਮਰੇਜ ਦੇਖ ਰਹੇ ਹਾਂ ਕਿ ਕਦੋਂ ਗਈ ਹੈ ਇੱਥੋਂ ਆਹੀ ਨਹੀਂ ਹਲੇ ਸਾਨੂੰ ਪਤਾ ਹੈਗਾ ਕਿੱਥੇ ਗਈ ਕਿਹਦੇ ਕੋਲ ਗਈ ਹੈ ਹਾਂਜੀ ਅਤੇ